ਅੱਜ ਵਿਜੀਲੈਂਸ ਵਿਭਾਗ ਦੇ ਵੱਲੋਂ ਨਿੱਜੀ ਟਰਾਂਸਪੋਰਟਰਾਂ ਤੇ ਨਕੇਲ ਕੱਸਦੇ ਹੋਏ ਨਿੱਜੀ ਬੱਸਾਂ ਦੇ ਰੂਟਾਂ, ਸਮੇਂ ਸਾਰਨੀ ਅਤੇ ਕਾਗਜ਼ਾਂ ਦੀ ਜਾਂਚ ਕੀਤੀ ਗਈ ਹੈ। ਇਸ ਨਾਕੇਬੰਦੀ ਦੇ ਦੌਰਾਨ 15 ਬੱਸਾਂ ਦੇ ਚਲਾਨ ਵੀ ਕੱਟੇ ਗਏ ਨੇ। ਉਸ ਤੋਂ ਬਾਅਦ ਨਿੱਜੀ ਟਰਾਂਸਪੋਰਟ ਮਾਫੀਆ ਹਰਕਤ ਵਿੱਚ ਆ ਗਿਆ ਅਤੇ ਬੱਸਾਂ ਨੂੰ ਪਿੰਡਾਂ ਦੇ ਰਸਤੇ ਲਿਜਾਣਾ ਸ਼ੁਰੂ ਕਰ ਦਿੱਤਾ। ਨਾਕੇ ਤੱਕ ਕੇਵਲ ਉਹੀ ਗੱਡੀਆਂ ਪਹੁੰਚ ਰਹੀਆਂ ਸਨ ਜਿਨ੍ਹਾਂ ਦੇ ਕਾਗਜ਼ਾਦ ਪੂਰੇ ਸਨ। ਜਿਨ੍ਹਾਂ ਦੇ ਕੁਛ ਵੀ ਡਾਕੂਮੈਂਟ ਨਹੀਂ ਹੈ, ਜਿਵੇਂ ਪਰਮਿਟ ਨਹੀਂ ਹੈ, ਕਿਸੇ ਦੀ ਆਰਸੀ ਹੈ ਨਹੀਂ, ਉਹਨਾਂ ਦੇ ਵੀ ਚਲਾਨ ਕੱਟੇ। ਠੀਕ ਹੈ, ਹੁਣ ਤੱਕ ਅਸੀਂ ਘੱਟੋ ਘੱਟ 70 ਦੇ ਕਰੀਬ ਚਲਾਨ ਕਰ ਚੁੱਕੇ ਹਾਂ, ਆਪਣੇ ਚੈੱਕ ਕਰ ਚੁੱਕੇ ਹਾਂ ਬੱਸਾਂ ਤਾਂ ਕਰੀਬ 12। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਪਹਿਰੇਦਾਰ ਟੀਵੀ।